ਆਕਾਸ਼ਵਾਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਆਖਿਆ ਜੇ ਸਰਕਾਰ ਲੋਕਾਂ ਲਈ ਲੋਕਾਂ ਆਸਿਆ ਪ੍ਰਗਤੀ ਦੇ ਮੰਤਰ ਕੰਨੇ ਕੰਮ ਕਰਾ ਕਰਦੀ ਹੈ ਪ੍ਰਧਾਨ ਮੰਤਰੀ ਮੋਦੀ ਹੋਰ ਨਾਈਜੀਰੀਆ ਬ੍ਰਾਜ਼ੀਲ ਤੇ ਗਿਆਨਾ ਦੇ ਪੰਜੇ ਰੋਜ਼ਾ ਦੌਰੇ ਲਈ ਰਵਾਨਾ ਹੋਈ ਗਏ ਨੇ ਝਾਰਖੰਡ ਤੇ ਮਹਾਰਾਸ਼ਟਰ ਚ असेंबली चुनावली चुनाव प्रचार जोरिन शोने करने चला कर दये राष्ट्रपति ते प्रधानमंत्री रे झांसी मेडिकल कॉलेज आग लगने वाली दुखदाई घटना च जानी नुक्सानों ने पर दुख प्रकट कीता है ते राष्ट्र आज महान शहीद करतार सिंह सराभा ओरेंगी श्रद्धांजलि भेंट करा कर दये उन खबरा तफसील करना है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਜ਼ੋਰ ਦੇਈ ਆਖਿਆ ਜੇ ਸੋਸ਼ਲ ਮੀਡੀਆ ਦੇ ਇਸ ਯੁਗ ਵਿੱਚ ਜਿੱਥੇ ਗਲਤ ਸੂਚਨਾ ਤੇ ਦੁਸ਼ ਪ੍ਰਚਾਰ ਦਾ ਜ਼ੋਰ ਹੈ ਉੱਥੇ ਉੰਦੀ ਸਰਕਾਰ ਆਪਣੀ ਟੀਕਨੇ ਪੂਰੀ ਤਗੜਾਈ ਕਨ ਖੜੋਤੀ ਦੀ ਹੈ ਇੱਕ ਪ੍ਰਾਈਵੇਟ ਮੀਡੀਆ ਸੰਸਥਾਨ ਅਸਿਆ ਆਯੋਜਿਤ ਲੀਡਰਸ਼ਿਪ ਸੱਮਿਟ ਕਾਰਕਰਮ ਕੀ ਸੰਬੋਧਿਤ ਕਰਦੇ ਹੋਈ ਸ਼੍ਰੀ ਮੋਦੀ ਉਰੇ ਆਖਿਆ ਜੇ ਉੰਦੀ ਸਰਕਾਰ ਵੋਟ ਬੈਂਕ ਦੀ ਸਿਆਸਤ ਤੋਂ ਦੂਰ ਹੈ ਤੇ ਲੋਕਾਂ ਲਈ ਤੇ ਲੋਕਾਂ ਸਿਆ ਤਰੱਕੀ ਦੇ ਮੰਤਰ ਕੀ ਲਈ ਹੈ ਕੰਮ ਕਰਾ ਕਰਦੀ ਹੈ ਪ੍ਰਧਾਨ ਮੰਤਰੀ ਹੋ ਰਹੇ ਇਸ ਗੱਲ ਗੀ ਫੀ ਪੱਕਾ ਕੀਤਾ ਜੇ ਉੰਦੀ ਸਰਕਾਰ ਦਾ લક્ષ ਮੁਲਖਾ ਕੀ ਇੱਕ ਵਿਕਸਿਤ ਰਾਸ਼ਟਰ ਬਣਾਣਾ ਹੈ ਤੇ ਲੋਕਾਂ ਇਸ ਸੇ ਵਿਸ਼ਵਾਸ ਦੇ ਕੰਨ ਉਹਨੇ ਕੀ ਇਹ ਜ਼ਿੰਮੇਦਾਰੀ ਸੌਂਪੀ ਹੈ ਆਤੰਗਵਾਦ ਦੇ ਮੁੱਦੇ ਪਰ ਸ਼੍ਰੀ ਮੋਦੀ ਉਰਾਖਿਆ ਜੇ ਸਮੇ ਬਦਲੀ ਗਿਆ ਹੈ ਤੇ ਉਨ ਆਤੰਗਵਾਦੀ ਗਏ ਆਪਣੇ ਘਰੇ ਚ ਸੁਰੱਖਿਤ ਮਹਿਸੂਸ ਨਹੀਂ ਕਰਾ ਕਰਦੇ ਮੋਦੀੁਰ ਐ ਵੀ ਆਖਿਆ ਜੇ 2014 ਚ ਦੇਸ਼ ਦਾ ਕੇਂਦਰੀ ਬਜਟ ਤਕਰੀਬਨ 16 ਲੱਖ ਕਰੋੜ ਰੁਪਏ ਦਾ ਹਾ ਤੇ ਅੱਜ ਇਹ 48 ਲੱਖ ਕਰੋੜ ਰੁਪਏ ਦਾ ਹੋ ਹੀ ਗਿਆ ਹੈ ਉਹਨਾਂ ਆਖਿਆ ਜੇ ਪੂੰਜੀਗਤ ਖਰਚੇ ਉਹਨ 1000 ਲੱਖ ਕਰੋੜ ਰੁਪਏ ਸ਼ਾਮਤ ਹੋ ਹੀ ਗਏ ਨੇ ਉਹਨਾਂ ਆਖਿਆ ਜੇ ਅਜ ਨਮੇਸ਼ ਕੂਲੇ ਖੋਧ ਸਰਬੰਧੀ ਸੁਵਿਧਾ ਤੇ ਰੇਲਵੇ ਲਈ ਖੁੱਲੇ ਮਨੇ ਕਰਨੇ ਪੈਸਾ ਦਿੱਤਾ ਜਾ ਕਰਦਾ ਹੈ ਉਨਾਖੇ ਜੇ ਦੇਸ਼ਾਂ ਚ ਊਣ ਸਵਾ ਲੱਖ ਸ਼ਾ ਮਤੇ ਪੰਜਿਕਰਿਤ ਸਟਾਰਟਅਪ ਨ ਤੇ ਅਜ ਭਾਰਤ ਚ ਤਕਰੀਬਨ 10 ਕਰੋੜ ਲਖਪਤੀ ਦੀਦਿਆਂ ਵੀ ਐਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰ ਅਜ ਨਾਈਜੀਰੀਆ ਬ੍ਰਾਜ਼ੀਲ ਤੇ ਗਿਆਨਾ ਦੇ ਪੰਜੇ ਦੇਣੇ ਦੇ ਦੌਰੇ ਲਈ ਰਵਾਨਾ ਹੋਈਗੇ ਨ ਪ੍ਰਧਾਨ ਮੰਤਰੀ ਉਰੇ ਦੌਰੇ ਪਰ ਬੋਲਦੀ ਹੋਈ ਆਪਣੇ ਬਿਆਨ ਚ ਆਖਿਆ ਜੇ ਇਹ ਨਾਈਜੀਰੀਆ ਦਾ ਉੰਦਾ ਪਹਿਲਾ ਦੌਰਾ ਹੈ ਤੇ ਇਹ ਮੁਲਖ ਪੱਛਮੀ ਅਫਰੀਕੀ ਇਲਾਕੇ 'ਚ ਭਾਰਤ ਦਾ ਨੀੜਮਾ ਪਿਆਲ ਹੈ। ਸ਼੍ਰੀ ਮੋਦੀ ਉਹ ਰਹੇ ਜ਼ਿਕਰ ਕੀਤਾ ਜੇ ਹੁੰਦਾ ਇਹ ਦੌਰਾ ਸਾਮਰਿਕ ਪਿਆਲੇ ਦੇ ਨਿਰਮਾਨ ਦਾ ਇੱਕ ਮੌਕਾ ਹੋਗ ਜਿਹੜਾ ਲੋਕਵਾਦ ਤੇ ਬਹੁਲਤਾਵਾਦ 'ਚ ਸਾਂਝੇ ਵਿਸ਼ਵਾਸ ਪਰ ਆਧਾਰਿਤ ਹੈ। ਉਹਨੇ ਨਾਈਜੀਰੀਆ 'ਚ ਭਾਰਤੀ ਸਮੁਦਾਇ ਤੇ ਨਾਈਜੀਰੀਆ ਦੇ ਲੋਕਾਂ ਨਾਲ ਮਿਲਣ ਦਾ ਵੀ ਤਾਂ ਜਿਤਾਈ। ਉੱਥੋਂ ਦੇ ਲੋਕਾਂ ਪ੍ਰਧਾਨ ਮੰਤਰੀ ਨੂੰ ਇਹਂ ਦੀਚੇ ਸੰਦੇਸ਼ ਭੇਜੇ ਦੇਣਾ। ਸ਼੍ਰੀ ਮੋਦੀ ਹੋਰ ਉਨੀਵੇਂ G20 ਸ਼िखर ਸੰਮੇਲਨ ਦੀ ਮੀਟਿੰਗ 'ਚ ਤ੍ਰਾਈਕਾ ਮੈਂਬਰ ਦੇ ਤੌਰ 'ਤੇ ਪ੍ਰਿਸਾ ਲੈਂਗਨ ਉਨ੍ਹਾਂ ਕਿਹਾ ਜੇ ਪਿਛਲੇ ਬਰੇ ਭਾਰਤ ਦੀ G20 ਦੀ ਕਾਮਯਾਬ ਅਧਿਖਸ਼ਤਾ 'ਚ G20 ਲੋਕਾਂ ਦਾ G20 ਸਮੂਹ ਬਣ ਗਿਆ ਹੈ ਤੇ ਗਲੋਬਲ ਸਾਊਥ ਦੀ ਪ੍ਰਾਥਮਿਕਤਾਵਾਂਗੀ ਇਹਦੀ ਕਾਰਜ ਸੂਚੀ 'ਚ ਸ਼ਾਮਲ ਕਰੀ ਲਿਆਤਾ ਗਿਆ ਹੈ ਇਸ ਬਾਰੇ ਬ੍ਰਾਜ਼ੀਲ ਆਸਿਆ G20 ਦੀ ਅਧਿਖਸ਼ਤਾ ਸੰਭਾਲ ਨੇ ਦਾ ਜ਼ਿਕਰ ਕਰ ਦਿਓਈ मोदीੁਰ امید ਪ੍ਰਗਟ ਕੀਤੀ ਜੇ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਦੇ ਨਜ਼ਰੀਏ ਦੇ ਮੁਤਾਬਕ ਮਤਲਬ ਦੀ ਚਰਚਾ ਹੋਗ ਪ੍ਰਧਾਨ ਮੰਤਰੀ ਉਹ ਰਹੇ ਵੀ ਆਖਿਆ ਜੇ ਇਸ ਮੌਕੇ ਪਰ ਉਹ ਦੁਨੀਆ ਦੇ ਕਈ ਹੋਰ ਨੇ ਲੀਡਰਾਂ ਦੇ ਕੰਨਾਂ ਦੀਪੱਖੀ ਸਾਥ ਸਹਿਯੋਗ ਦੀ ਔਰ ਅੱਗੇ ਵਧਾਣੇ ਬਾਰੇ ਵੀ ਗੱਲਬਾਤ ਕਰਨਗੇ મોદીੁਰ ਆਖਿਆ ਜੇ ਗਿਆਨਦ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ali ਉਨ ਦੇ ਸਾਦੇ ਪਰ ਉਨਦੀ ਯਾਤਰਾ ਪੰਜਾਬ ਬਰੇ ਕੋਲਾ ਮਤੇ ਸਮੇਚ ਕੁਸਾ 파ਰ ਤੇ ਪ੍ਰਧਾਨ ਮੰਤਰੀ ਦੀ ਇਸ ਮੁਲਖੇ ਦੀ ਪਹਿਲੀ ਯਾਤਰਾ ਹੋਗੋ ਮੋਦੀ ਹੋਰ 185 ਬਰੇ ਪਹਿਲੇ ਪਲੈਨ ਕਰੀਆ ਉਥੇ ਗਏ ਦੇ ਸਭਨੇ ਕੋਲਾ ਪੁਰਾਣੇ ਭਾਰਤੀ ਦੇ ਵੰਸ਼ਜੇ ਕਨੇ ਮਿਲਗਨ ਤੇ ਉਥੋਂ ਦੀ ਪਾਰਲੀਮੈਂਟ ਚ ਪਾਸ਼ਨ ਵੀ ਦੇਗਨ ਕੇਂਦਰੀ ਕਪੜਾ ਮੰਤਰੀ ਗਿਰੀ ਰਾਜ ਸਿੰਘ ਹੋ ਰਹਿ ਅਜ ਨਵੀਂ ਦਿੱਲੀ ਚ 43ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ ਚ ਮੰਤਰਾਲੇ ਦੇ ਮੰਡਪ ਦਾ ਉਦਘਾਟਨ ਕੀਤਾ ਸਿੰਘ ਹੋਰ ਆਖਿਆ ਜੀ ਇਹ ਮੇਲਾ ਕਾਰੀਗਰਾਂ ਦੀ ਇੱਕ ਬੜਾ ਵੱਡਾ ਮੰਚ ਪ੍ਰਦਾਨ ਕਰਦਾ ਹੈ ਉਹਨਾਂ ਆਖਿਆ ਜੀ ਇਸ ਬਰੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਮੌਕੇ ਪਰ ਮੰਡਪ ਚ ਜਨਜਾਤੀ ਥੀਮ ਪਰ ਖਾਸ ਅਥ ਖੱਡੀ ਤੇ ਅਥ ਸ਼ਿਲਪ ਉਤਪਾਦ ਰੱਖੇ ਗਏ ਦਿਨ ਲੋਕੇ ਭਲਿਆ ਲੋਕੇ ਤੇ ਦਰਮਿਆਨੇ ਉਦਮੇ ਐਮਐਸਐਮਈ ਦੇ ਕੇਂਦਰੀ ਮੰਤਰੀ ਜਿਤਿਨ ਰਾਮ ਮਾਜੀ ਹੋਰ ਅੱਜ ਨਵੀਂ ਦਿੱਲੀ ਚ तरतालीवें भारतीय अंतर्राष्ट्रीय बपार मेले च एमएसएमई मंडप का उद्घाटन किया इस बरे मंडप का विषय सार है ग्रीन एमएसएमई यानी पर्यावरण मुआफक एमएसएमई ईस मंत्रालय ने एक बयान च आख्या जम एसएमई आसिया अपने कोबार चलाने वाला सरिस्ता तब्दील करने साफ सुथरी यानी पर्यावरण मुआफक टेक्नोलॉजी अपनाने पर जोर दाता है ਇਸ ਪਾਵੈਲੀਅਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੰਦਿਆਸਿਆ ਪਿਛਲੇ ਬਰੇ ਸ਼ੁਰੂ ਕੀਤੀ ਗਈ ਦੀ ਵਿਸ਼ਵ ਕਰਮਾ ਯੋਜਨਾ ਬਾਰੇ ਵੀ ਦੱਸਿਆ ਗਿਆ ਹੈ ਮੰਤ੍ਰਾਲੇ ਨੇ ਆਖਿਆ ਜੇ ਇਸ ਬਰੇ ਐਮਐਸਐਮਈ ਦੇ ਮੰਡਪ 'ਚ 29 ਰਾਜਾਂ ਤੇ ਕੇਂਦਰ ਸ਼ਾਸਿਤ ਇਲਾਕਿਆਂ ਦੇ 200 ਪ੍ਰਦਰਸ਼ਕ ਇਸ ਸਾਲ ਲਿਆ ਕਰ ਦੇਣਾ ਮੰਡਪ ਕਈ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਗ ਜਿਹਦੇ ਚ ਕਪੜਾ ਅਥ ਕਰਗਾ ਕੜਾਈ ਚਮੜੇ ਦੇ ਬੂਟ ਖਡਾਲੀਆਂ ਬਾਸ ਸ਼ਿਲਪ ਤੇ ਹੋਰ ਚੀਜ਼ਾਂ ਸ਼ਾਮਿਲ ਨੇ ਇਹ ਖਬਰਾਂ ਉਸ ਆਕਾਸ਼ ਵਾਣੀ ਪਰ ਸੁਣਾ ਕਰ ਦਿਓ ਝਾਰਖੰਡ ਚ ਵਿਧਾਨ ਸਭਾ ਚੁਣਾਈ ਦੇ ਦੂਏ ਗੇਡ ਲਈ ਪ੍ਰਚਾਰ ਅਭਿਆਨ ਤੇਜ ਹੋ ਗਿਆ ਹੈ ਐਨਡੀਏ ਤੇ ਇੰਡੀਆ ਗਠਬੰਧਨ ਦੇ बड़े बड़े लीडर अपने अपने मदवर के पक्ष चुनाव प्रचार करा कर भारतीय जनता पार्टी के सीनियर लीडर केंद्र गृहमंत्री अमित शाह हैं दुमका चे चुनावी सभा की संबोधित किया उन्हें देवघर से दे धनबार च भी जनसभा भाषण कांग्रेस अध्यक्ष मल्लिकार्जुन खड़गे होरें अमताड़ा से खिरजी चुनावी रैलियों संबोधित कि ਝਾਰਖੰਡ ਮੁਕਤੀ ਮੋਰਚਾ ਦੇ ਸੀਨੀਅਰ ਲੀਡਰ ਤੇ ਰਾਜ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਹੋ ਰਹੇ ਸਮੂਲਚੇ ਰਾਜ ਚ ਅੱਜ 6 ਰੈਲੀਆਂ ਗੀ ਸੰਬੋਧਿਤ ਕੀਤਾ ਰਾਸ਼ਟਰ ਜਨਤਾ ਦਲ ਦੇ ਲੀਡਰ ਤੇਜਸਵੀ ਯਾਦਵ ਹੋ ਰਹੇ ਗੋਡਾ ਚ ਜਨ ਸਭਾ ਚ ਭਾਸ਼ਣ ਦਿੱਤਾ ਮਿਥੁਨ ਚੱਕਰਵਰਤੀ ਹੋਰ ਦੁਮਕਾ ਤੇ ਜਮਤਾੜਾ ਚ ਰੈਲੀਆਂ ਕਰਾ ਕਰ ਦੇਣ ਭਾਰਤ ਜਨਤਾ ਪਾਰਟੀ ਦੇ ਕਈ ਲੀਡਰ ਸ਼ਿਵਰਾਜ ਸਿੰਘ ਚੋਹਾਨ ਹੇਮੰਤ ਬਿਸਵ ਸਰਮਾ ਤੇ ਚੰਪਾਈ ਸੋਰਨ ਐਨਡੀਐ ਮੇਦਵਾਰੇ ਦੇ ਪਖ ਹੈ ਚ ਪ੍ਰਚਾਰ ਕਰਾ ਕਰ ਦੇਨ ਆਲ ਝਾਰਖੰਡ ਸਟੂਡੈਂਟ ਯੂਨੀਅਨ ਪਾਰਟੀ ਦੇ ਤੇ ਖੱਬੇ ਧੜੇ ਦੀਆਂ ਪਾਰਟੀਆਂ ਦੇ ਲੀਡਰ ਵੀ ਰਾਜ ਵਿੱਚ ਬਖ ਬਖ ਰੈਲੀਆਂ 'ਚ ਇਸ ਸਾਲ ਆਕਰ ਦੇਨ ਤੇ ਰੋਡ ਸ਼ੋਅ ਕਰਾ ਕਰ ਦੇਨ ਵਿਧਾਨ ਸਭਾ ਚੋਣਾਂ ਦੇ ਦੂਵੇ ਤੇ ਖੀਰਲੇ ਗੇੜਾ 'ਚ 20 ਨਵੰਬਰ ਦੀ 38 ਸੀਟਾਂ ਲਈ ਵੋਟ ਪੁਆਇ ਜਾੰਗਣ 3 ਨਵੰਬਰ ਦੀ ਵੋਟਾਂ ਦੀ ਗਿਣਤੀ ਕੀ ਤਿਆਗ ਤੁਆਈ ਮਹਾਰਾਸ਼ਟਰ ਚ ਵੀ ਚੋਣ ਪ੍ਰਚਾਰ ਪਖੀ ਪੈਦਾਇ ਹੈ ਕਈ ਪਾਰਟੀਆਂ ਦੇ ਸੀਨੀਅਰ ਲੀਡਰ ਉੱਥੇ ਚੋਣ ਪ੍ਰਚਾਰ ਕਰਾ ਕਰਦੇ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਹੈ ਉੱਤਰ ਪ੍ਰਦੇਸ਼ ਚ ਝਾਂਸੀ ਮੈਡੀਕਲ ਕਾਲਜ ਆਗ ਲੱਗਣ ਵਾਲੀ ਦੁਖਦਾਈ ਘਟਨਾ ਚ ਉਹ ਇਹਦੇ ਜਾਨੀ ਨੁਕਸਾਨ ਪਰ ਦੁੱਖ ਪ੍ਰਕਟ ਕੀਤਾ ਹੈ ਰਾਸ਼ਟਰਪਤੀ ਹੋਰੇ ਇੱਕ ਸੋਸ਼ਲ ਮੀਡੀਆ ਪੋਸਟ ਚ ਮਰਨੇ ਵਾਲੇ ਦੇ ਮਾਤਾ ਪਿਤਾ ਤੇ ਪਰਿਵਾਰ ਆਲੇਂਗੀ ਇਹ ਦੁੱਖ ਸਹਿਣ ਕਰਨੇ ਦੀ ਤਾਕਤ ਥੋਨੇ ਦੀ ਕਾਮਨਾ ਕੀਤੀ। ਰਾਸ਼ਟਰਪਤੀ ਹੋਰੇ ਕਾਲੋਏ ਦੇ ਬੱਚੇ ਦੇ ਤੋਲੇ ਬਲ ਉਹੀ ਜਾਣੇ ਦੀ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਝਾਂਸੀ ਮੈਡੀਕਲ ਕਾਲਜ ਅੱਗ ਲੱਗਣੇ ਕੰਨਾ ਉਹ ਦੇ ਹਾਦਸੇ ਚ ਮਰਨੇ ਵਾਲੇ ਦੇ ਪਰਿਵਾਰਾਂ ਕੀ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਚਾ 2-2 ਲੱਖ ਰੁਪਏ ਦੀ ਫੌਰੀ ਸਹਾਇਤਾ ਦੇਣ ਦੀ ਕੋਸ਼ਿਸ਼ਾ ਕੀਤੀ ਹੈ ਕਾਇ ਲੇਗੀ 50-50 ਹਜ਼ਾਰ ਰੁਪਿਆ ਦਿੱਤਾ ਜਾਗ ਸ਼੍ਰੀ ਮੋਦੀੁਰਹਿ ਇੱਕ ਸੋਸ਼ਲ ਮੀਡੀਆ ਪੋਸਟ ਚ ਆਖਿਆ ਜੇ ਇਸ ਮੁਸ਼ਕਿਲ ਸਮੇਂ ਦੌਰਾਨ ਉਹ ਵਿਪਤਾ ਚ ਪੇੜੇ ਪਰਿਵਾਰਾਂ ਵਾਲੇ ਕੰਨੈਨ ਉਹਨਾਂ ਪਰੋਸਾ ਦੋਆਇਆ ਜੇ ਉੱਤਰ ਪ੍ਰਦੇਸ਼ ਸਰਕਾਰ ਦੀ ਦੇਖਰੇਖ ਤਹਿਤ ਮੁਕਾਮੀ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਵਾਈਆਂ ਚ ਸਹਾਇਤਾ ਕਰਨ ਲਈ ਹਰ ਸੰਭਵ ਯਤਨ ਕਰਾ ਕਰਦਾ ਹੈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵੋਰ ਹੈ ਪਰੋਸਾ ਜਤਾਇਆ ਜੇ ਆਉਣ ਵਾਲੇ ਪੰਜੇ ਬਰੇਚੇ ਮੁੰਬਈ ਚ ਰੋਣੇ ਵਾਲੇ ਲੋਕੀ ਲਈ ਆਉ ਜਾਏ ਦੇ ਸਫਰ ਚ ਮਹਤਵਿਆਲਾ ਸੁਧਾਰ ਹੋਗ ਸ਼੍ਰੀ ਵੈਸ਼ਨਵੋਰ ਹੈ ਇੱਕ ਪ੍ਰੈਸ ਕਾਨਫਰੰਸ ਜਾਣਕਾਰੀ ਦਿੱਤੀ ਹੈ ਜੇ ਮਹਾਰਾਸ਼ਟਰ ਚ ਬਖ ਬਖ ਰੇਲ ਪ੍ਰਯੋਜਨਾਏ ਚ 14605 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਕਰਦਾ ਹੈ ਉਨੇ ਦੱਸਿਆ ਜੇ ਰਾਜ ਦੇ ਬਖ ਬਖ ਮੈਟਰੋ ਪ੍ਰੋਜੈਕਟਾਂ ਲਈ 110000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਕਰਦਾ ਹੈ ਨਮੀ ਰੇਲਵੇ ਲਾਈਨੇ ਬਾਰੇ ਗੱਲ ਕਰਦੇ ਹੋਈ ਉਹਨੇ ਆਖਿਆ ਜੇ ਰਾਜ ਦੇ 6000 ਕਿਲੋਮੀਟਰ ਨਮੀ ਪਟਰੀਆਂ ਬਿਚਾਈਆਂ ਜਾ ਕਰਦੀਆਂ ਨਾ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 132 ਰੇਲਵੇ ਸਟੇਸ਼ਨਾਂ ਨੂੰ ਹੀ ਬਿਹਤਰ ਬਣਾਇਆ ਜਾ ਕਰਦਾ ਹੈ ਸ਼੍ਰੀ ਵੈਸ਼ਨਵੌਰ ਆ ਦੱਸਿਆ ਜੇ ਮੁੰਬਈ ਚ 300 ਬੀ ਕਿਲੋਮੀਟਰ ਪਟੜੀਆਂ ਬਿਛਾਈਆਂ ਜਾ ਕਰਦੀਆਂ ਨੇ ਤੇ ਮੁੰਬਈ 'ਚ 16000 ਕਰੋੜ ਰੁਪਏ ਕੋਲਾ ਮਤਾ ਨਿਵੇਸ਼ ਕੀਤਾ ਜਾ ਕਰਦਾ ਹੈ ਉਹਨਾਂ ਖਿਆ ਜੇ ਮੁੰਬਈ 'ਚ ਕੁਵਚ 5.0 ਸਰਸਤਾ ਲਾਗੂ ਕੀਤਾ ਜਾਗ ਇਹਦੇ ਕੰਨਾਂ ਉਪਨਗਰਾਂ 'ਚ ਚੱਲਣ ਵਾਲੀ ਰੇਲ ਗੱਡੀਆਂ ਦੇ ਪਸ਼ਕਾਰ ਦਾ ਸਮਾਂ 180 ਸੈਕਿੰਡ ਸਮਾਂ ਘਟੀਏ 120 ਸੈਕਿੰਡ ਕਰਨੇ ਚ ਮਦਦ ਹੋਗ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਪਰ ਸੁਣਾ ਕਰ ਦਿਓ। ਰਾਸ਼ਟ ਅੱਜ ਸ਼ਹੀਦ ਕਰਤਾਰ ਸਿੰਘ ਸਰਭਾਉਂ ਦੇ ਬਲੀਦਾਨ ਦੀ ਚੇਤਾ ਕਰਾ ਕਰਦਾ ਹੈ ਤੇ ਉਹਨੇ ਕੀ ਪਾਵੇ ਪਰੋ ਚੀ ਸ਼ਰਧਾਂਜਲੀ ਅਰਪਿਤ ਕਰਾ ਕਰਦਾ ਹੈ। 19 ਬਰੇ ਦੇ ਇੱਕ ਮਹਾਨ ਕ੍ਰਾਂਤੀਕਾਰੀ ਕੀ ਅੰਗਰੇਜ਼ ਸਰਕਾਰ ਨੇ ਅੱਜ ਦੇ ਧਿਆੜੇ 1915 ਚ ਆਜ਼ਾਦੀ ਦੀ ਜੰਗ ਚ ਸ਼ਾਮਲ ਉਹਨੇ ਕੀਤਾ ਮੌਤ ਦੀ ਸਜ਼ਾ ਦਿੱਤੀ ਹੀ। ਉਨੇ ਇੰਦੇ ਉਰ ਨਿਛੇ ਸਾਥੀਂ 기 ਵੀ ਫਾਂਸੀ ਦੀ ਸਜ਼ਾ ਸੁਣਾਈ ਹੀ ਉੰਦੀ ਸ਼ਹਾਦਤ ਕਈ ਸਾਰੇ ਨੌਜਵਾਨੇ ਜਿਸ ਚ ਸ਼ਹੀਦ ਆਜ਼ਮ ਭਗਤ ਸਿੰਘ ਉਰ ਵੀ ਸ਼ਾਮਲ ਨਗੀ ਪਾਰ ਦੀ ਆਜ਼ਾਦੀ ਦੀ ਜੰਗ ਚ ਸ਼ਾਮਲ ਉਹਨੇ ਦੀ ਪ੍ਰੇਰਨਾ throਈ ਹੀ ਪੰਜਾਬ ਦੇ ਸਰਾਬਾ ਗ੍ਰਾਂਚ ਰਾਜ ਸਤਾ ਦੇ ਕਈ ਸਾਰੇ ਕਾਰਕਰਮ ਮੇ ਚ ਉਹਨੇ 기 ਸ਼ਰਧਾਂਜਲੀ ਦਿੱਤੀ ਗਈ ਅੱਜ ਮੁਲਖ ਪਰ ਅਜੇ ਰਾਸ਼ਟਰੀ ਪ੍ਰਸਤੀਆਂ ਰਮਨਾਇ ਜਾਕਰਦਾ ਹੈ ਸਮਾਜ ਚ ਆਜ਼ਾਦ ਤੇ ਜ਼ਿੰਮੇਵਾਰ ਪ੍ਰੈਸ ਦੀ ਜ਼ਰੂਰੀ ਭੂਮਿਕਾ ਦਾ ਸਨਮਾਨ ਚ ਇਹ ਤਿਹਾੜਾ ਮਨਾਇਆ ਜਾਂਦਾ ਹੈ 1966 ਚ ਅੱਜ ਦੇ ਤਿਹਾੜੇ ਭਾਰਤੀ ਪ੍ਰੈਸ ਕੌਂਸਲ ਨੇ ਆਪਣਾ ਕੰਮਕਾਜ ਸ਼ੁਰੂ ਕੀਤਾ ਹ ਕੌਂਸਲ ਇਹ ਯਕੀਨੀ ਬਣਾਉਂਦੀ ਹੈ ਜੇ ਪ੍ਰੈਸ ਉੱਚੇ ਮਾਣਕੇਂ ਕੀ ਬਣਾਈ ਰੱਖੇ ਤੇ ਕੁਸੈਤਮ ਕੀ ਤੇ ਅਸਰ ਦੇ ਅਗੈ ਨਹੀਂ ਚੁਕਾ ਇਤਿਹਾੜਾ ਨਾਛੜਾ ਪ੍ਰੈਸ ਦੀ ਉਪਲਬਧੀਆਂ ਕੀ ਦੱਸਦਾ ਹੈ ਸਗੋਂ ਆ ਪਾਰਦਰਸ਼ੀ ਤੇ ਜਾਣਕਾਰੀ ਰੱਖਣ ਵਾਲੇ ਸਮਾਜ ਦੇ ਨਿਰਮਾਣ 'ਚ ਇਹਦੀ ਜ਼ਿੰਮੇਵਾਰੀਆਂ ਕੀ ਬੜਾਵਾ ਦਿੰਦਾ ਹੈ ਇਸ ਮੌਕੇ ਪਰ ਬਖ ਬਖ ਪ੍ਰੋਗਰਾਮ ਲੁਆਏ ਜਾਂਦੇ ਨੇ ਤੇ ਪੱਤਰਕਾਰੀਤਾ ਦੇ ਖੇਤਰੇ 'ਚ ਬਿਹਤਰ ਕੰਮ ਕਰਨ ਵਾਲੇ ਗੀ ਫੁਰਸਕਾਰ ਦਿੱਤੇ ਜਾਂਦੇ ਨੇ ਲੋਕ ਸਭਾ ਅਧਿਕਸ਼ ਓਮ ਬਿਰਲਾ ਹੋਰ ਆਖਿਆ ਜੀ ਭਾਰਤ ਦੇ ਨਿਯੰਤਰਕ ਤੇ ਮਹਾ ਲੇਖਾਕਾਰ ਸੀਏਜੀ ਮਤੀ ਪਾਰਦਰਸ਼ਤਾ ਕੰਨੇ ਕੰਮ ਕਰਾ ਕਰਦਾ ਹੈ ਤੇ ਇਹਦੀ ਵਿਸ਼ਵਸਨੀਯਤਾ ਤੇ ਪ੍ਰਮਾਣਿਕਤਾ ਦੀ ਉਹਨ ਵਿਸ਼ਵ ਸਤਰੇ ਪਰ ਮਾਨਤਾ ਥੋਈ ਚੁੱਕੀ ਦੀ ਹੈ ਅੱਜ ਨਵੀਂ ਦਿੱਲੀ ਚ ਚੌਥੇ ਮਹਾ ਲੇਖਾਕਾਰ ਤੇ ਪ੍ਰੀਖਣ ਤਿਹਾੜੇ ਪਰ ਸ਼੍ਰੀ ਬਿਰਲਾ ਹੋਰ ਆਖਿਆ ਜੀ ਬਖ ਬਖ ਦੇਸ਼ੇ ਥਮਾ ਲੋਕ ਭਾਰਤੀ ਲੇਖਾ ਪ੍ਰੀਖਣ ਪ੍ਰਣਾਲੀ ਦਾ ਅਧਿਨ ਕਰਨੇ ਲਈ ਭਾਰਤ ਆਵਾਕਰ ਦੇਣ ਤੇ ਇਸ ਕੀ ਆਪਣੇ ਦੇਸ਼ੇ ਚ ਅਪਣਾਉਣੇ ਦਾ ਪ੍ਰਯਾਸ ਕਰਾ ਕਰ ਦੇਣਾ ਸ਼੍ਰੀਲੰਕਾ ਚ ਦਸਮੀ ਪਾਰਲੀਮੈਂਟ ਦੇ ਨਵੇਂ ਚੁਣੇਗੇ ਦੇ ਮੈਂਬਰੇ ਲਈ ਇਸ ਮਹੀਨੇ ਚ ਇੱਕ ਖਾਸ ਕਾਰਜਕ੍ਰਮ ਲੁਆਇਆ ਜਾਗ ਇਹ ਕਾਰਜਸ਼ਾਲਾ ਤ੍ਰਉ ਤਿਆੜੇ ਲਈ 25 ਨਵੰਬਰ ਸਮਾਂ ਸ਼ੁਰੂ ਹੋਗ ਇਹਦੇ ਚ ਸੰਸਦੀ ਕਾਰਜਵਾਹੀ اجلاس ਚ ਹੋਣ ਵਾਲੀ ਗਤੀਵਿਧੀਆਂ ਕਮੇਟੀਆਂ ਦੇ ਕੰਮਕਾਜ ਤੇ ਜ਼ਰੂਰੀ ਜਾਣਕਾਰੀ ਦਿੱਤੀ ਜਾਗ ਸ਼੍ਰੀਲੰਕਾ 'ਚ ਕੱਲ੍ਹ ਪਾਰਲੀਮੈਂਟਰੀ ਚੋਣਾਂ ਸੰਪੰਨ ਹੋਇਨ ਹੁਕਮਰਾਨ ਨੈਸ਼ਨਲ ਪਿਪਲਜ਼ ਪਾਵਰ ਦੇ ਗੱਠ ਚੋੜ ਨੇ ਬਹੁਮਤ ਹਾਸਲ ਕੀਤਾ ਹੈ ਕਈ ਨਵੇਂ ਮੈਂਬਰ ਜਿੱਤੀ ਹੈ ਆਇਨ ਪਾਰਲੀਮੈਂਟ ਦੀ ਬੈਠਕ ਵੀਰਵਾਰਾਂ ਲੱਗਗ ਜਿਹਦੇ 'ਚ ਰਾਸ਼ਟਰਪਤੀ ਅਨੁਰਾ 디ਸਾ ਨਾਇਕੀ ਹੋਰ ਨੀਤੀ ਸਰਬੰਧੀ ਬਿਆਨ ਦੇਗਣ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆਰ 'ਚ ਆਵਾਦੀ ਗੁਣਵਤਾ ਖਰਾਬ ਹੋਈ ਹੈ ਔਰ ਮਤੀ ਖਰਾਬ ਦੀ ਸ਼੍ਰੇਣੀ 'ਚ ਪੁੱਜੀ ਗਈ ਹੈ ਅੱਜ ਦੁਪਹਿਰ 1 ਵਜੇ ਹਵਾ ਗੁਣਵੱਤਾ ਦਾ ਸੂਚਕਾਂਕ 407 ਦਰਜ ਕੀਤਾ ਗਿਆ ਖਾਸ ਖਬਰਾਂ ਇੱਕ ਵਾਰੀ ਫੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰਾਂਖਿਆ ਜੇ ਸਰਕਾਰ ਲੋਕਾਂ ਲਈ ਲੋਕਾਂ ਹਸਿਆ ਪ੍ਰਗਤੀ ਦੇ ਮੰਤਰ ਕੰਨਾ ਕੰਮ ਕਰਾ ਕਰਦੀ ਹੈ ਪ੍ਰਧਾਨ ਮੰਤਰੀ ਮੋਦੀ ਉਰ ਨਾਈਜੀਰੀਆ ਬ੍ਰਾਜ਼ੀਲ ਤੇ ਗਿਆਨ ਦੇ ਪੰਜੇ ਰੋਜਾ ਦੌਰੇ ਲਈ ਅਰਵਾ ਨੋਈਗੇਨ ਝਾਰਖੰਡ ਤੇ ਮਹਾਰਾਸ਼ਟਰ ਚ असेंबली चुनाव ਲਈ चुनाव प्रचार जोर-शोरੇ ਕਰਨ ਚਲਾ ਕਰਦਾ ਹੈ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਉਹ ਹਨ झांसी ਮੈਡੀਕਲ ਕਾਲਜ ਅੱਗ ਲੱਗਣ ਵਾਲੀ ਦੁਖਦਾਈ ਘਟਨਾ ਚ ਜਾਨੀ ਨੁਕਸਾਨਾਂ ਨੇ ਪਰ ਦੁੱਖ ਪ੍ਰਗਟ ਕੀਤਾ ਹੈ ਤੇ ਰਾਸ਼ਟਰ ਅਜ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਬਾ ਰੇਗੀ ਸ਼ਰਧਾਂਜਲੀ ਭੇਟ ਕਰਾ ਕਰਦਾ ਹੈ ਇਸ ਬੁਲੇਟਿਨ ਚ ਇਨਾ ਗਏ